ਨਾਮ ਮਨੀਸ਼ਾ ਵਾ, ਮੇਰੀ ਇੰਗੇਜਮੈਂਟ ਅਮਨਦੀਪ ਸਿੰਘ ਦੀਪੂ ਦੇ ਨਾਲ ਹੋਈ, ਵਾਸੀ ਨਿੱਕੀ ਜਬਾਲ ਦਾ, ਠੀਕ ਆ। ਤੇ ਇਹ ਇੱਥੇ ਰੈਂਟ ਤੇ ਰਹਿੰਦਾ ਸੀ, ਜਿਮ ਦਾ ਟ੍ਰੇਨਰ ਸੀ ਜਿਮ ਦਾ, ਠੀਕ ਆ। ਤੇ ਇਹਨੇ ਮੈਨੂੰ ਦੇਖਿਆ ਤੇ ਇਹਨੇ ਕਹਿ ਤਾ ਕਿ ਮੈਂ ਤੇਰੇ ਨਾਲ ਮੈਰਿਜ ਕਰਵਾਉਣਾ ਚਾਹੁੰਦਾ, ਤੇ ਮੈਂ ਸੋਰੀ ਮੇਰਾ ਹਾਈ ਡਿਵੋਰਸ ਹੋਇਆ, ਮੈਂ ਇੰਨੀ ਛੇਤੀ ਵਿਆਹ ਨਹੀਂ ਕਰਵਾ ਸਕਦੀ, ਠੀਕ ਆ। ਕਹਿੰਦਾ ਨਹੀਂ, ਮੈਨੂੰ ਮਨਜ਼ੂਰ ਆ, ਲਾਈਫ ਵਿੱਚ ਅੱਗੇ ਵਧਣਾ ਚਾਹੀਦਾ ਵਾ, ਠੀਕ ਆ। ਲੇਕਿਨ 19 ਜੁਲਾਈ ਦਾ ਮੈਨੂੰ ਝੂਠ ਬੋਲ ਕੇ ਗਿਆ ਕਿ ਮੈਂ ਨਾ ਉੱਥੇ ਚੱਲਿਆ ਵਾਂ, ਕਿੱਥੇ ਦਿੱਲੀ ਚੱਲਿਆ ਵਾਂ। ਤੇ ਦਿੱਲੀ ਨਹੀਂ ਗਿਆ ਸਿੱਧਾ, ਨਿੱਕੀ ਜਬਾਲ ਚਲਾ ਗਿਆ। ਤਾਂ ਉੱਥੇ ਆਪਣੇ ਮਾਂ ਪਿਓ ਕੋਲ ਫੋਨ ਕਰਾ ਤਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ, ਤੂੰ ਹੈਂਡੀਕੈਪ ਆ, ਠੀਕ ਆ। ਜੇ ਮੈਂ ਜੇ ਮੇਰੇ ਮਤਲਬ ਕਿ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਮੁੰਡੇ ਨਾਲ, ਇਹਨੇ ਨੰਬਰ ਚੇਂਜ ਕਰ ਲਿਆ ਆਪਣਾ, ਠੀਕ ਆ। ਤੇ ਉਸ ਤੋਂ ਬਾਅਦ ਇਹਦੇ ਵੱਡੇ ਭਰਾ ਨੇ ਮੈਨੂੰ ਇੰਨੀਆਂ ਗੰਦੀਆਂ ਗੰਦੀਆਂ ਗਾਹਾਂ ਕੱਢੀਆਂ ਕਿ ਤੇ ਲੈ ਰੱਬ ਦਾ ਨਾਂ, ਫਿਰ ਮੈਂ ਕੰਪਲੇਂਟ ਦਿੱਤੀ। 2 ਵਾਰੀ SSP ਦੇ ਸਾਹਿਬ ਦੇ ਪੇਸ਼ ਹੋਈਆਂ, 2 ਵਾਰੀ 1-on-1 ਤੇ ਕੰਪਲੇਂਟ ਪਾਈ ਆ, 3 ਵਾਰੀ ਮੈਂ ਸਿਵਲ ਲਾਈਨ ਥਾਣੇ ਲੈ ਕੇ ਦੇ ਕੇ ਆਈ ਆ। ਅੱਜ 16 ਤਰੀਕ ਸੀ, ਅੱਜ ਮੁੰਡੇ ਵਾਲਿਆਂ ਨੂੰ ਬੁਲਾਉਣਾ ਸੀ, ਪਰ ਇਹਨਾਂ ਨੇ ਨਹੀਂ ਬੁਲਾਇਆ। ਮੈਂ ਤੇ ਮੇਰਾ ਪਿਓ ਤੇ ਭਾਜੀ 10 ਵਜੇ ਦੇ ਆ ਕੇ ਵੇਟ ਕਰਨ ਨੇ। ਕੰਪਲੇਂਟ ਕੀਤੇ ਤੁਹਾਨੂੰ ਕਿੰਨੀ ਦੇਰ ਹੋਈ? ਮੈਨੂੰ 2 ਮਹੀਨੇ ਹੋ ਗਏ ਧੱਕੇ ਖਾਣ ਦੀ ਆ। ਕਰਦੇ ਆ, ਤੁਸੀਂ ਪ੍ਰੂਫ ਲਿਆਓ ਤੁਹਾਡੇ ਰੰਗਾਂ ਦਾ। ਜੇ ਮੈਂ ਪ੍ਰੂਫ ਦੇਈ ਤੇ ਕੋਈ ਤੇ ਕਾਰਵਾਈ ਕਰ ਦੋ, ਮੇਰਾ ਤਮਾਸ਼ਾ ਲਾ ਛੱਡਿਆ। ਇੱਥੇ ਨਹੀਂ ਇਨਸਾਫ ਮਿਲਣਾ, ਆ ਜੇ ਧੀਆਂ ਦਾ ਹਾਲ। ਆਪਣੇ ਪਹਿਲਾਂ ਤੇ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਫੋਨ ਦੇ ਵਿੱਚ, ਤੇ ਇਹ ਵੀ ਉਹਦਾ ਫੋਨ ਕਰਦੀ ਰਹੀ, ਉਹ ਵੀ ਫੋਨ ਕਰਦਾ ਰਿਹਾ। ਇਹ ਉਹ ਦੂਰ ਰਹਿੰਦੇ ਸੀ ਤੇ ਮੈਨੂੰ ਤਾਂ ਪਤਾ ਨਹੀਂ ਮੈਂ ਕੰਮ ਤੋਂ ਆਉਣਾ ਸੀ। ਤੇ ਉਸ ਤੋਂ ਬਾਅਦ ਮੁੜ ਕੇ ਕੀ ਨਾ ਕਹਿੰਦੀ ਸੀ ਪੇੜ ਮੇਰਾ ਵੀ ਹਾਲ ਚਾਲ ਪੁੱਛਣਾ, ਡੈਡੀ ਜੀ ਠੀਕ ਜੇ, ਪਾਪਾ ਠੀਕ ਜੇ, ਮੈਂ ਠੀਕ ਹੈ ਜੀ, ਸਾਰੀ ਠੀਕ ਹੈ। ਫਿਰ ਇੱਦਾਂ ਕਰਕੇ ਫਿਰ ਆਪਣੇ ਫਿਰ ਆਪਣੀ ਸਾਰੀ ਗੱਲਬਾਤ ਹੈਗੀ ਆ। ਉੱਥੇ ਫਿਰ ਉਹਦਾ ਪੈਰ ਵੀ ਜਦ ਲੁਕਾ ਕੇ ਤੁਰਦੀ ਆ ਤੇ ਕਹਿੰਦਾ ਆ ਵੀ ਉਹ ਵੀ ਮੈਂ ਠੀਕ ਕਰਾਦਾ, ਮੈਨੂੰ ਸਭ ਗੱਲਾਂ ਮੰਨੀ ਪਿਆ, ਮੈਂ ਜਿੱਦਾਂ ਕਹੂੰ ਕਿ ਕਰਾਂਗਾ। ਮੁੜ ਕੇ ਕੀ ਨਾ 3-4 ਮਹੀਨੇ ਘਰ ਰਿਹਾ ਤੇ ਮੈਂ ਬਿਮਾਰ ਹੋ ਗਈ, ਹੱਥ ਪੈਰ ਖਲੋ ਗਏ, ਅਟੈਕ ਹੋ ਗਿਆ ਸੀ 2 ਵਾਰੀ ਹੋਇਆ। ਅਤੇ ਉਸ ਤੋਂ ਬਾਅਦ ਇੱਕ ਦਵਾਈ ਵੀ ਦੇਖੀ ਲਓ, ਪਾਪਾ ਜੀ ਦਵਾਈ ਖਾਓ, ਅਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਕਹਿਣ ਲੱਗੇ ਭਾਜੀ ਅਤੇ ਕੰਮ ਤਾਂ ਆਉਂਦਾ ਰਿਹਾ ਚੱਲਦਾ, ਜੇ ਮੈਂ ਆਪਣੇ ਹਨੇਰੇ 5 ਵਜੇ ਚੱਲ ਜਾਣਾ, 10-11 ਵਜੇ ਫਿਰ ਆ ਜਾਣਾ, ਆਪਣੇ ਵੇੜ ਵੂੜ ਚੁੱਕਦੇ ਸੀ ਇੱਦਾਂ ਦੀ ਗੱਲ। ਅਤੇ ਕਦੀ ਕੋਲ ਖਾਣ ਨੂੰ ਲਿਆਉਣਾ, ਕਦੀ ਰੋਕੋ ਖਾਣ ਕੇ ਨੂੰ, ਲਓ ਪਾਪਾ ਜੀ ਖਾਓ, ਪਾਪਾ ਜੀ ਖਾਓ, ਆਪਣੇ ਖਿਆਲ ਰੱਖੋ। ਹਾਂ ਹਾਂ ਬਿਲਕੁਲ ਠੀਕ ਹੈ, ਭਰਵਾਨੀ ਕਰਦਾ ਜੇ ਉਹਦਾ ਬਿਲਕੁਲ ਠੀਕ ਠਾਕ ਹੈ, ਫਿਰ ਚੰਗੀ। ਸਾਡੇ ਕੋਲ ਕੰਪਲੇਂਟ ਆਈ ਹੈ ਜਿਸਨੇ ਉਹਨੇ ਇੱਕ ਲੜਕੇ 'ਤੇ ਕੋਈ ਐਲੀਗੇਸ਼ਨ ਲਗਾਏ ਨੇ, ਅਤੇ ਅਸੀਂ ਉਹਨੂੰ ਵੈਰੀਫਾਈ ਕਰਦੇ ਪਏ, ਇਨਵੈਸਟੀਗੇਟ ਕਰਦੇ ਪਏ, ਅਤੇ ਸਟੇਟਮੈਂਟਸ ਬਾਰੇ ਰਿਕਾਰਡ ਕਰਨੀ ਆ ਅਸੀਂ, ਅਤੇ ਜਿਸ ਤਰ੍ਹਾਂ ਬਣਦੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ।